मौजूद हूँ गुजरात के थाना कुंजा के नवाही गांव कोट कका का में जहाँ पर हर साल लोगों के मवेशी चोरी हो रहे हैं पुलिस को इतला करने के बावजूद कोई भी पुलिस एहलकार इधर ना आया अह इलाका ने मुतालबा किया कि हमारा कोई मुस्किल हल ना किया गया तो हम एहतजाज करने पर मजबूर हो जाएंगे इस वक्त हमारे साथ किसान मौजूद हैं जिनकी आज रात को छः बैंसे चोरी हो गई हैं उनसे भी जानते हैं मोहम्मद ममशरी मेरे नाम है ਇਹ ਦੱਸੋ ਬਜ਼ੁਰਗੋ ਕਿਵੇਂ ਵਾਕਿਆ ਹੋਇਆ ਵੇ ਕੀ ਹੋਇਆ ਜੀ ਜਨਾਬ ਰਾਤ ਨੂੰ ਮਾਲ ਸਾਰਾ ਕੋ ਲੈ ਗਿਆ ਸਾਡਾ ਪਾਕ ਹੈ ਕਿ ਵੀ ਸਾਲ ਲੱਗਾ 2 ਹੋਏ ਨੂੰ ਅੱਗੇ ਵੀ ਮਾਲ ਕੋ ਲੈ ਗਿਆ ਸਾਰਾ ਸਾਹਮ ਕੇ ਪਾਕ ਹੈ ਸਾਡੀ ਕੋਈ ਫਰਿਆਦ ਨਹੀਂ ਸੁਣਦਾ ਅਸੀਂ ਤੇ ਭੱਜ ਭੱਜ ਕੇ ਬਾਹਰ ਆ ਹਾਂ ਹੁਣ ਮਣ ਅਸੀਂ ਸਰਕਲ ਤੇ ਲੰਮੇ ਪੈਰਾਂ ਨੇ ਸਾਡੀ ਕੋਈ ਹਲਪ ਕੀਤੀ ਜਾਏ ਪੁਲਿਸ ਕੋਈ ਇਤਲਾ ਕੀਆ ਆਪਣੇ ਪੁਲਿਸ ਨਾਲ ਇਤਲਾ ਕੀਤੀ ਹੈ ਉਹ ਕੋਈ ਸਾਡੀ ਕੋਈ ਫਰਿਆਦ ਨਹੀਂ ਸੁਣਦੇ ਪੁਲਿਸ ਉਹ ਥੋਸਾਂ ਨੂੰ ਚੜਕ ਦੇਣਾ ਉਹ ਸਾਨੂੰ ਨਾ ਥੋਰੇਂਜ ਹੁੰਦੇ ਨਾ ਸਾਡੀ ਕੋਈ ਫਰਿਆਦ ਨਹੀਂ ਪੈ ਸੁਣਦਾ ਤਾਂ ਨਾ ਕੁੰਜਾ ਕਿ ਐਸਾ ਚੋਕ ਆਪਣੀ ਇਤਲਾਹ ਦੀ ਹੈ ਵਾਹੇ ਇਧਰ ਐਸਾ ਚੋ ਕੋਈ ਨਹੀਂ ਆਇਆ ਸਾਡੇ ਕੋਲ ਪੁਲਿਸ ਚੌਕੀ ਕਿ ਕੰਚਾਰਜ ਕੋਈ ਸਾਡੇ ਕੋਲ ਨਹੀਂ ਜੀ ਇੱਥੇ ਆਉਂਦਾ ਪਿਆ ਤੇ ਨਾ ਕੋਈ ਸਾਡੀ ਸੁਣਦਾ ਜਸਮ ਆਏ ਨੇ ਆ ਕੇ ਥੋੜੀ ਰਿਪੋਰਟ ਲਿਖ ਕੇ ਚਲੇ ਗਏ ਹੋ ਔਰ ਚੌਕੀ ਨਿਯਾਰਜ ਨਹੀਂ ਆਇਆ ਐਸਚੋ ਨਹੀਂ ਆਇਆ ਕੋਈ ਬੰਦਾ ਪੁਲਿਸ ਦਾ ਅਜੇ ਤੱਕ ਸਾਡੇ ਕੋਲ ਨਹੀਂ ਆਇਆ ਪਾ ਜਾਂਦਾ ਪੁਲਿਸ ਦੇ ਨਾਲ ਦੀ ਵਜ੍ਹਾ ਤੋਂ ਕੋਈ ਗਸ਼ਤ ਨਹੀਂ ਕੋਈ ਕੁਝ ਨਹੀਂ ਅਸੀਂ ਕਿਧਰ ਜਾਈ ਉਜੜ ਜਾਂਿਆ ਗਰੀਬ ਅਸੀਂ ਬੰਦੇ ਆ 10 12 ਡੰਗਰ ਕੋਈ ਲੈ ਜਾਂਦਾ ਹਰ ਸਾਲ ਬਾਅਦ ਅਸੀਂ ਪਿੱਟ ਪਿੱਟ ਕੇ ਰੋ ਰੋ ਕੇ ਮਰ ਗਏ ਆ ਥਾਣੇ ਜਾ ਕੇ ਅੱਗੇ ਪਿੱਛੇ ਜਾ ਕੇ ਸਾਡੀ ਕੋਈ ਬੰਦਾ ਗੱਲ ਨਹੀਂ ਸੁਣਦਾ ਡੇਰੇ ਤੋਂ ਕੋਟ ਕੱਕਾ ਕਿ ਤੂੰ ਮਾਲ ਖੁੱਲਦਾ ਪਿਆ ਪਿਛਲੀ ਵਾਰੀ ਵੀ ਸਾਲ ਡੇਢ ਸਾਲ ਲੱਗਾ ਤੇ ਮਾਲ ਸਾਡਾ ਸਾਰਾ ਕੋਈ ਪਾ ਕੇ ਲੈ ਗਿਆ ਇੱਤੀ ਵੀ ਅੱਜ ਰਾਤੀ ਵੀ 11 ਵਜੇ ਕੋਈ ਮਾਲ ਸਾਡਾ ਰਾਤੀ ਸਾਰਾ ਪਾ ਕੇ ਲੈ ਗਿਆ ਤੇ ਚੌਕੀ ਇੰਚਾਰਜ ਗਏ ਆ ਉਥੋਂ ਆਪ ਚੌਕੀਨ ਚਾਰੇ ਸਾਹਿਬ ਨਹੀਂ ਆਏ ਦੋ ਮੁਲਾਜ਼ਮ ਆਏ ਨੇ ਉਹ ਰਿਪੋਰਟ ਲੈ ਕੇ ਲੈ ਗਏ ਨੇ ਨਾ ਕੋਈ ਐਸ ਐਚਓ ਹੈ ਨਾ ਕੋਈ ਹੋਰ ਬੰਦਾ ਪੁਲਿਸ ਦਾ ਆਇਆ ਜਨਾਬ ਐਸ ਐਚਓ थाना ਕੁੰਜਾ ਡੀਪੀਓ ਸਾਹਿਬ ਗੁਜਰਾਤ ਉਹਨਾਂ ਕੇ ਸਾਡਾ ਮਤਲਬ ਹੈ ਕਿ ਮੀਆਂ ਸ਼ਰੀਫ ਸਾਹਿਬ ਦਾ ਦੂਸਰੀ ਵਾਰੀ ਮਾਲ ਪੂਰਾ ਦਾ ਪੂਰਾ ਡੇਰਾ ਖੋਲ ਕੇ ਲੈ ਜਾਂਦੇ ਨੇ ਤੇ ਡੇਰਾ ਵੀ ਮੇਨ ਰੋਡ ਨਾਲ ਮੰਗੋਵਾਲ ਚੌਕੀ ਨਜ਼ਦੀਕ ਲੱਗਦੀ ਹੈ ਤੇ بڑے شریف ਆਦਮੀ ਨੇ ਤੇ ਗਰੀਬ ਨੇ ਤੇ ਅੱਗੇ ਵੀ ਅੱਜ ਤੱਕ ਇਹਨਾਂ ਦਾ ਕੋਈ ਹੱਲ ਨਹੀਂ ਹੋਇਆ ਪਹਿਲਾਂ ਜਿਹੜਾ ਮਾਲ ਖੁੱਲਿਆ ਸਾਲ ਪਹਿਲਾਂ ਉਹਦਾ ਵੀ ਅਜੇ ਤੱਕ ਕੋਈ ਹੱਲ ਨਹੀਂ ਹੋਇਆ ਤੇ ਸਾਲ ਤੋਂ ਬਾਅਦ ਦੂਜੀ ਵਾਰੀ ਫਿਰ ਪੂਰਾ ਡੇਰਾ ਖਾਲੀ ਕਰਕੇ ਲੈ ਗਏ ਨੇ ਤੇ ਅਸੀਂ ਮਤਲਬਾ ਕਰਨੇ ਆ ਡੀਪੀਓ ਸਾਹਿਬ ਅੱਗੇ ਮਿਹਰਬਾਨੀ ਕੀਤੀ ਜਾਏ ਸਾਡੇ ਦਾਦ ਰਸੀ ਕੀਤੀ ਜਾਏ ਇਹ ਗਰੀਬ ਲੋਕ ਨੇ ਤੇ ਸਾਡਾ ਲੋਕ ਚੋਂ ਬੜੀ ਵਾਰੀ ਮਾਲ ਖੁੱਲਿਆ ਅਸੀਂ ਥਾਣੇ ਵਿੱਚ ਵੀ ਗਏ ਆ ਡੀਪੀਓ ਸਾਹਿਬ ਕੋ ਵੀ ਗਏ ਆ ਸਾਡੀ ਸੁਣਾਈ ਨਹੀਂ ਹੋਈ ਅਸੀਂ ਵਜ਼ੀਰ ਆਲਾ ਪੰਜਾਬ ਅੱਗੇ ਵੀ ਰਿਕਵੈਸਟ ਕਰਨੇ ਆ ਡੀਆਈਜੀ ਸਾਹਿਬ ਅੱਗੇ ਵੀ ਰਿਕਵੈਸਟ ਕਰਨੇ ਆ ਡੀਪੀਓ ਸਾਹਿਬ ਅਗੇ ਵੀ ਰਿਕਵੈਸਟ ਕਰਨਿਆ ਕਿ ਸ਼ਰੀਫ ਆਦਮੀ ਨੇ ਪੂਰਾ ਦਾ ਪੂਰਾ ਡੇਰਾ ਖਾਲੀ ਕਰਕੇ ਲੈ ਗਏ ਨੇ ਮੇਨ ਰੋਡ ਦੇ ਨਾਲ ਮੰਗਵਾਲ ਜੋਕੀ ਨਜ਼ਦੀਕ ਲੱਗਦੀ ਏ ਤੇ ਸਾਡੇ ਕੋ ਦაძ ਰਸੀ ਕੀਤੀ ਜਾਏ ਅਗਰ ਦაძ ਰਸੀ ਨਾ ਹੋਈ ਤੇ ਕਿਸਾਨ ਭਾਈ ਹੁਣ ਬੜੇ ਮਜਬੂਰ ਹੋ ਗਏ ਨੇ तकरीबन ਸਾਰਾ ਡੇਰਾ ਦਾ ਮਾਲ ਖੋਲ ਗਿਆ ਡੇਰੇ ਦੇ ਡੇਰੇ ਖਾਲੀ ਕਰਕੇ ਲੈ ਗਏ ਨੇ ਤੇ ਇਤਜਾਜ ਦਾ ਵੀ ਅੱਖ ਰੱਖਣੇ ਆ ਲੇਕਿਨ ਅਸੀਂ ਇਤਜਾਜ ਨਹੀਂ ਕਰਦੇ ਇਸ ਵਾਸਤੇ ਕਿ ਸਨ ਉਮੀਦ ਹੈ ਕਿ ਡੀਪੀ ਸਾਹਿਬ ਸਾਡੀ ਸੁਣਨਦੇ ਔਰ ਇਹਦਾ ਕੋਈ ਅਲਗ ਨਿਕਾਲ ਹੁੰਦਾ ਹੈ ਔਰ ਮਾਰਕੀਆਂ ਖੁੱਲਤੇ ਹਨ ਜਾਨਵਰਾਂ ਦੀ ਚੋਰੀ ਵਿੱਚ ਬੇਪਨਾ ਇਜ਼ਾਫਾ ਹੋ ਜਾਂਦਾ ਹੈ ਅਹਿਲ ਇਲਾਕਾ ਨੇ ਮੁਤਾਲਬਾ ਡੀਪੀਓ ਗੁਜਰਾਤ ਸੇ ਕੀਤਾ ਹੈ ਕਿ ਹਮਾਰੇ ਕਿਸਾਨ ਭਾਈਆਂ ਕੇ ਆਏ ਰੋਜ਼ ਚੋਰੀ ਹੋਣੇ ਵਾਲੇ ਜਾਨਵਰਾਂ ਦਾ ਕੋ ਸੱਦੇ ਬਾਪ ਕੀਤਾ ਜਾਏ ਵਰਨਾ ਹਮ ਗੁਜਰਾਤ ਸਰਗੋਦਾ ਰੋਡ ਕੋ ਬਲਾਕ ਕਰਕੇ ਇਤਜਾਜ ਵੀ ਕਰਾਂਗੇ ਹਰ ਲਮਹਾ ਹਰ ਖਬਰ ਸ਼ਾਨ ਸੇ